ਆ ਰੋਟੀ ਲਿਆ ਕੁੜੇ ਇੱਕ ਹੋਰ। ਅੱਛਾ ਚੰਗਾ, ਆਪਾਂ ਬਾਅਦ ਚ ਗੱਲ ਕਰਦੇ ਆ। ਆ ਲੋ ਆ ਕੁੜੇ, ਆਇਆ ਨੀ ਕਿਸ ਤਰ੍ਹਾਂ ਹਾਲੇ? ਅੱਗੇ ਕਿਹੜੇ ਆਂਦਾ, ਡੱਫ ਕੇ ਆਊਗਾ। ਤੁਸੀਂ ਕਿਹੜੇ ਕਹਿੰਦੇ ਹੋ ਕੁਛ ਉਹਨੂੰ, ਰੋਜ਼ ਦਾ ਕੰਮ ਹੋ ਗਿਆ। ਕੋਈ ਨਾ, ਕਹੂੰ ਅੱਜ ਆਣ ਦੇ। ਮੈਂ ਤਾਂ ਕਿਹਾ ਸੀ ਇੱਕ ਵਾਰੀ ਸੋਟੀ ਚੱਕ ਲਈ, ਮੈਨੂੰ ਕਹਿੰਦਾ ਮੈਂ ਤੇਰੇ ਬਾਪ ਦੀ ਪੀਂਦਾ, ਮੈਂ ਤਾਂ ਕਹਿਣਾ ਹੀ ਛੱਡਤਾ। ਲੈ ਆ ਗਿਆ ਤੁਹਾਡਾ ਲਾਡਲਾ, ਦੇਖ ਲਓ ਡੱਕਿਆ ਪਿਆ ਹੋਣਾ। ਆ ਦੇਖ ਲਓ ਚਾਚੀ ਦੇ ਕਿਵੇਂ ਆਉਂਦਾ ਝੂਲਦਾ। ਰੋਟੀ ਲਿਆਵਾਂ? ਮੈਂ ਨਹੀਂ ਖਾਣੀ, ਤੂੰ ਖਾ ਲਾ। ਉਹ ਕਿਸ ਤਰ੍ਹਾਂ ਆ ਫਿਰ ਆ ਕੇ ਟੱਪ ਕੇ ਹੋਏ ਹੈਂ, ਆ ਸ਼ਰਮ ਲਾ ਲਈ ਜਮਾ ਹੀ ਹੈ। ਉਹ ਹੋਇਆ ਬੰਦੇ ਨੇ ਕਦੇ ਕਦੇ ਹੀ ਪੀ ਲਈ, ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ। ਉਹ ਬਾਪੂ ਤੂੰ ਵੀ ਤਾਂ ਪੀਂਦਾ ਸੀਗਾ ਘਰ ਦੀ ਗੱਡੀ, ਉਹ ਤਾਂ ਤੇਰੇ ਗੁਰਦੇ ਖਰਾਬ ਹੋ ਗਏ ਤਾਂ ਤੈਨੇ ਪੀਣੀ ਛੱਡਤੀ, ਨਹੀਂ ਤਾਂ ਤੂੰ ਵੀ ਤਾਂ ਰੋਜ਼ ਪੀਂਦਾ ਸੀਗਾ। ਚੱਲ ਚੰਗਾ ਚੰਗਾ, ਕੱਲ੍ਹ ਨੂੰ ਟਾਈਮ ਨਾਲ ਆਪਣੀ ਘਰੇ ਬਹੂ ਕਰਾਂ ਇਕੱਲੀ ਆ, ਮੈਂ ਤੇਰੀ ਭੁਆ ਕੇ ਜਾਣਾ, ਤੇਰਾ ਢਿੱਲਾ ਹੋ ਗਿਆ ਉਹਦਾ ਪਤਾ ਲਿਆਉਣਾ ਜਾ ਕੇ। ਆਜੂੰਗਾ ਬਾਪੂ, ਲੈ ਆਈ ਜਿਹੜਾ ਪਤਾ ਪਤਾ ਲੈਣਾ ਤੂੰ। ਬਾਪੂ ਚੰਗਾ ਫਿਰ ਸੋ ਜਾ ਤੂੰ, ਮੈਂ ਵੀ ਸੋਨਾ ਜਾ ਕੇ। ਸ਼ਰਮ ਲਾ ਲਈ ਸਾਲੇ ਨੇ ਜਮੀ। ਫੋਨ ਚੱਕੋ ਜੀ। ਲੈ ਆ ਗਿਆ ਫੋਨ ਮੇਰੀ ਗੁਲਗੁਲੋ ਦਾ। ਧਰਮੇ ਅੱਜ ਆਏਗਾ ਨਾ? ਹਾਂ ਹਾਂ ਆਊਂਗਾ, ਆਊਂਗਾ ਕਿਉਂ ਨਹੀਂ, ਮੈਂ ਤਾਂ ਪੂਰਾ ਇੰਤਜ਼ਾਮ ਕਰੀ ਫਿਰਦਾ। ਕਾਹਦਾ ਇੰਤਜ਼ਾਮ? ਜੇ ਕਹੀਂ ਤਾਂ ਦਿਨੇ ਆ ਜਾ। ਨਾ ਨਾ ਮਰਵਾਉਣਾ ਮੈਨੂੰ। ਉਹ ਗੁੱਸੇ ਕਾਹਦੇ ਹੁੰਦੇ ਆ ਗੁਲਗੁਲੋ, ਰਾਤ ਨੂੰ ਆਊਂਗਾ 10 ਵਜੇ। ਅੱਛਾ ਤੂੰ ਗੋਲੀਆਂ ਧਰ ਜੀ ਗੇਟ ਤੇ। ਹਾਂ ਹਾਂ ਧਰ ਜੂੰਗਾ। ਚੱਲ ਚੰਗਾ ਫਿਰ। ਓਕੇ ਚੱਲ ਵੀ ਮਿੱਤਰਾ, ਬਣ ਗਈ ਗੱਲ। ਉਹ ਆ ਜਾਊਗਾ ਮਿੱਠੀਏ, ਟੈਨਸ਼ਨ ਕਿਉਂ ਲੈਣੀ ਆ, ਟਾਈਮ ਨਾਲ ਆ ਜਾਊਗਾ। ਉਹ ਰੂਪਾ ਆ ਗਿਆ, ਮੈਂ ਤੈਨੂੰ ਬਾਅਦ ਚੋਂ ਫੋਨ ਕਰਦਾ। ਹੋਰ ਵੀ ਧਰਮੇ ਆ ਵੀ ਰੂਪੇ ਕਿਵੇਂ ਆ? ਉਹ ਕੀ ਹਾਲ ਹੈ ਤੇਰਾ, ਕਿਹੜੀ ਗਿੱਦੜ ਸਿੰਘੀ ਤੇ ਆ ਗਈ ਤੈਨੂੰ ਏ, ਸਾਲਿਆ ਦਿਖਦਾ ਹੀ ਨਹੀਂ ਤੂੰ ਏ, ਮੰਨ ਚਾਹੇ ਨਾ ਮੰਨ, ਹੈਗਾ ਤੂੰ ਕਿਸੇ ਮਾਰਤਿਆਂ? ਉਹ ਕਾਹਨੂੰ ਯਾਰ, ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ, ਤੂੰ ਦੱਸ ਕਿਵੇਂ ਆਇਆ? ਉਹ ਰਾਤ ਨੂੰ ਨਾਲ ਚੱਲੀ ਮੇਰੇ, ਤੇਰੀ ਭਰਜਾਈ ਨੂੰ ਮਿਲ ਜਾਣਾ। ਅੱਜ ਜਾਣਾ? ਕਿਉਂ ਜਾਣਾ ਕਿਤੇ ਯਾਰ? ਉਹ ਹਾਂ ਯਾਰ ਜਾਣਾ ਤਾਂ ਹੈ, ਤੇਰੀ ਭਰਜਾਈ ਨੂੰ ਟਾਈਮ ਦਿੱਤਾ ਹੋਇਆ। ਦੇਖਿਆ ਮੈਂ ਕਿਹਾ ਸੀ ਨਾ, ਹੈਗਾ ਸਾਲਿਆ ਤੂੰ ਕਿਸੇ ਮਾਰਤੀ ਆ। ਕੌਣ ਆ ਓਏ? ਉਹ ਯਾਰ ਦੱਸੀ ਨਾ, ਪਿੰਡ 'ਚ ਐਵੇਂ ਬਦਨਾਮੀ ਹੋ ਜੂਗੀ। ਪਹਿਲਾਂ ਦੱਸਿਆ ਕਿਸੇ ਨੂੰ? ਐਂ ਤਾਂ ਤੂੰ ਨਹੀਂ ਦੱਸਦਾ, ਉਹ ਕੇਸਰ ਨਹੀਂ ਆ, ਉਹਦੀ ਬਹੂ ਬੀਰੋ। ਤੱਡੀ ਪੈਰ ਦੇ ਮਰ ਜਾਣਾ ਫੇਰ ਆ ਗਿਆ ਅੱਜ ਪੀ ਕੇ, ਇਹਨੂੰ ਤਾਂ ਮੈਂ ਦੱਸਦੀ ਆ। ਬੀਰੋ ਆ ਗਿਆ ਡੱਫ ਕੇ, ਕਿਹਾ ਵੀ ਸੀ ਕਿ ਟਾਈਮ ਨਾਲ ਆ ਜਾਈ ਅੱਜ। ਇੰਨੀ ਨੀ ਪੀਤੇ, ਇਹਦਾ ਪੈਸੇ ਡਿੱਗ ਗਿਆ ਸੀਗਾ, ਆਟਾ ਲਿਆਂਦਾ ਸੀਗਾ ਚੱਕ ਕੇ ਰੱਖ ਲਈ, ਕਿਤੇ ਕੁੱਤੇ ਖਾ ਦੇਣ। ਰੋਟੀ ਲਿਆਵਾ? ਲਿਆ ਕਦੇ ਖਾ ਲੂੰਗਾ ਭੋਰਾ।
ਰੱਖ ਦੇ ਹੁਣ, ਹੁਣ ਮੇਰੇ ਸਿਰ ਤੇ ਰੱਖੇਂਗੀ? ਰੋਟੀ ਸਾਲ ਨੇ ਜਮਾਂ ਸਵਾਦ ਨਹੀਂ ਬਣਾਈ। ਦਾਲ ਕੌੜੀ ਕੌੜੀ ਲੱਗੀ ਜਾਂਦੀ ਹੈ, ਜਮਾਂ ਸਵਾਦ ਨਹੀਂ ਲੱਗਦੀ। ਪਤਾ ਨਹੀਂ ਦਾਰੂ ਕਰਕੇ ਲੱਗਦੀ ਹੈ, ਆਪਾਂ ਨਹੀਂ ਖਾਂਦੇ ਹੁਣ। ਓਏ ਆਇਆ ਨਹੀਂ ਤੇਰੀ ਕੁਛ ਲੱਗਦਾ ਫੋਨ, ਕਿਤੇ ਐਂ ਟਾਈਟ ਹੋ ਜਾਈਏ। ਉਹ ਆ ਜੂਗਾ, ਤੂੰ ਪੈਗ ਪਾ। ਪੈਗ ਪਾ, ਸਾਲਾ ਮਰਨ ਨੂੰ ਹੋਇਆ ਪਿਆ। ਲੈ ਆ ਗਿਆ, ਹਾਂ ਮੇਰੀ ਕੋਲ ਕਰੋ। ਉਹਦਾ ਤਾਂ ਹੋ ਗਿਆ ਕੰਮ, ਤੂੰ ਛੇਤੀ ਆ ਜਾ ਹੁਣ। ਆ ਗਿਆ, ਬਸ ਤੂੰ ਫੋਨ ਕੱਟ, ਮੈਂ ਆਇਆ ਬਸ। ਲੈ ਵੀ ਮਿੱਤਰਾ, ਇੰਤਜ਼ਾਰ ਦੀਆਂ ਕੜੀਆਂ ਖਤਮ, ਲਾ ਪੈਗ। ਚੱਲ ਚੱਲ ਆ ਚੱਕ ਲਈ। ਚੱਲ ਦੇਖ ਓਏ, ਖੜ ਜਾ। ਬਸ ਠੀਕ ਹੈ, ਮੇਰੀ ਗੱਲ ਸੁਣ ਧਿਆਨ ਨਾਲ, ਇੱਥੇ ਹੀ ਰੁਕੀ, ਜਦੋਂ ਮੈਂ ਆਵਾਜ਼ ਮਾਰੂੰ ਨਾ ਜਦੀ ਆ ਜੀ। ਹਾਂ ਠੀਕ ਹੈ। ਸਾਲਾ ਕਿੰਨਾ ਭਾਰੀ ਹੈ ਇਹ। ਆਇਆ ਨਹੀਂ ਹਲੇ ਤੱਕ, ਕਿੰਨਾ ਟਾਈਮ ਹੋ ਗਿਆ। ਧਰਮੇ ਤੈਨੂੰ ਪਤਾ ਮੈਂ ਤੇਰੇ ਬਿਨਾਂ ਕਿੰਨੀ ਤੜਫੀ ਪਈ ਹੈ, ਸੱਚੀ ਤੇਰੇ ਬਿਨਾਂ ਜਮਾਂ ਜੀ ਨਹੀਂ ਲੱਗਦਾ ਹੈਗਾ। ਮੇਰਾ ਵੀ ਆਹੀ ਹਾਲ ਹੈ ਵੀਰੋ, ਹੁਣ ਗੱਲਾਂ ਨਾਲ ਹੀ ਸਾਰੇ ਕੀ ਜਾ। ਚੱਲ ਬੇਸ਼ਰਮ, ਆਪ ਤਾਂ ਦਾਰੂ ਪੀ ਕੇ ਪੈ ਜਾਂਦਾ ਹੈ, ਮੇਰੇ ਵੀ ਕੁਛ ਅਰਮਾਨ ਨੇ, ਮੇਰੀ ਵੀ ਕੁਛ ਖੁਸ਼ੀਆਂ ਨੇ। ਸਾਲੀਏ ਕੁੱਤੀਏ, ਤੇਰੇ ਟੁਕੜੇ ਟੁਕੜੇ ਕਰ ਦਾਂਗਾ, ਨਹੀਂ ਛੱਡਾਂਗਾ ਤੈਨੂੰ, ਜਾਨ ਤੋਂ ਮਾਰ ਦਾਂਗਾ ਤੈਨੂੰ, ਮਾਰ ਦੂੰਗਾ, ਫੜ ਇਹਨੂੰ, ਮਾਰ ਦੇ ਇਹਨੂੰ। ਰੁਪਿਆ ਦਾ ਕਿੱਥੇ ਮਰ ਗਿਆ?
ਤਪ ਸੜਿਆ ਦੇਖਦਾ ਕੀ ਆ ਤਪਦੇ ਸੰਗੀ ਉਹਦੀ ਉਹ ਦੱਬਦੇ ਸਾਲਿਆ ਬੜੀ ਪੱਕੀ ਹੱਡੀ ਆ ਜੇ ਬਚ ਗਏ ਆਪਾਂ ਮਰ ਜਾਵਾਂਗੇ ਛੇਤੀ ਕਰ ਦੋ ਤੁਹਾਡੇ ਤੋਂ ਇੰਨਾ ਕੰਮ ਨਹੀਂ ਹੋਣਾ ਇੱਕ ਬੰਦਾ ਨਹੀਂ ਮਾਰ ਹੋਇਆ ਤੁਹਾਡੇ ਤੋਂ ਆ ਜਾ ਸਾਲਿਆ ਇੱਧਰ ਮਰ ਆ ਜਾ ਦੱਬਦੇ ਦੱਬਦੇ ਆ ਜਾ ਫੜ ਲੈ ਇਹਨੂੰ ਓਏ ਰੂਪੇ ਦੱਬਦੇ ਓਏ ਸਾਲਿਆ ਧਰਮਿਆ ਮਰ ਗਿਆ ਓਏ ਹੁਣ ਕੀ ਕਰੀਏ ਓਏ ਸਾਲਿਆ ਸਾਲਿਆ ਹੁਣ ਕੀ ਬਣੂ ਮਰਾਂਗੇ ਸਾਲਿਆ ਜੇਲ੍ਹ ਜਾਵਾਂਗੇ ਹੁਣ ਕਰਨਾ ਕੀ ਹੈ ਟੋਇਆ ਪੱਟ ਕੇ ਦੱਬ ਦੋ ਕੁਛ ਹੋਊਗਾ ਕੁਛ ਨਹੀਂ ਹੁੰਦਾ ਐਵੇਂ ਡਰੀ ਜਾਂਦਾ ਮੈਂ ਸਾਂਭ ਲੂ ਆਪੇ ਸਾਰਾ ਕੁਛ ਚੱਲ 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 ਚੱਕ ਧਰਮੇ ਸਾਲਿਆ ਅਫਸੋਸ ਕਰਦਾ ਇਹਦਾ ਸਾਲਾ ਕੰਮ ਖਰਾਬ ਹੋ ਗਿਆ ਟਿਕ ਜਾ ਹੁਣ ਚੱਲ ਇੱਧਰ ਲੱਗ ਹੁਣ ਪੱਟ ਲੈ ਇਹਨੂੰ ਮਾੜਾ ਜਾ ਆ ਕੁੜੇ ਬਹੂ ਹਾਂਜੀ ਬਾਪੂ ਜੀ ਆ ਗੱਲ ਸੁਣ ਭਾਈ ਆਈ ਬਾਪੂ ਜੀ ਹਾਂਜੀ ਬਾਪੂ ਜੀ ਕੇਸਰਾ ਆਇਆ ਨੀ ਹਾਲੇ ਉਹਨੇ ਕਿੱਥੇ ਆਉਣਾ ਕਲੇਸ਼ ਕਰਕੇ ਗਿਆ ਕੱਲ ਦਾ ਲੜ ਕੇ ਗਿਆ ਕਰੋ ਮੇਰੇ ਨਾਲ ਮੈਂ ਤਾਂ ਬਹੁਤ ਰੋਕਿਆ ਪਰ ਉਹ ਕਿੱਥੇ ਸੁਣਦਾ ਆ ਤੁਹਾਨੂੰ ਤਾਂ ਪਤਾ ਹੈ ਬਾਪੂ ਜੀ ਜਦੋਂ ਪੀਤੀ ਹੁੰਦੀ ਆ ਫਿਰ ਕਿਸੇ ਦੀ ਨਹੀਂ ਸੁਣਦਾ ਹੈਗਾ ਲੜਕੇ ਚਲਾ ਗਿਆ ਪਰ ਗਿਆ ਕਿੱਥੇ ਆ ਮੈਨੂੰ ਕੀ ਪਤਾ ਬੈਠਾ ਹੋਣਾ ਕਿਤੇ ਜਦੋਂ ਉੱਤਰ ਜੂਗੀ ਆ ਜੂਗਾ ਆਪੇ ਉਹ ਬਥੇਰਾ ਸਮਝਾਇਆ ਕੁੜੀ ਨੂੰ ਵੀ ਭਾਈ ਨਾ ਪੀਆ ਕਰ ਨਾ ਪੀਆ ਕਰ ਪਰ ਸੁਣਦਾ ਕਿੱਥੇ ਆ ਚੱਲ ਕੋਈ ਨਾ ਭਾਈ ਦੇਖਦੇ ਆ ਚੱਲ ਲੈ ਭਾਈ ਕਰਕੇ ਥੋੜੀ ਲਿਆਉਣੀ ਆ ਬਾਪੂ ਜੀ ਲੜਕੇ ਕਦੇ ਗਿਆ ਤਾਂ ਹੈ ਨੀ ਪਤਾ ਨੀ ਕੀ ਗੱਲ ਹੋਈ ਆ ਦੋਨਾਂ ਜੀਆਂ ਚ ਆ ਭਾਈ ਤੇਰੇ ਪੇਕੇ ਪਤਾ ਕਰਿਆ ਹਾਂ ਬਾਪੂ ਜੀ ਕਰ ਲਿਆ ਫੋਨ ਉੱਥੇ ਵੀ ਨੀ ਗਏ ਹੈਗੇ ਤੇਰੀ ਭੈਣ ਕੋਲ ਕਰ ਲਾਂਦੇ ਪਤਾ ਭਾਈ ਉੱਥੇ ਵੀ ਕੀਤਾ ਨਹੀਂ ਹੈ ਉੱਥੇ ਕਿਤੇ ਸ਼ੱਕ ਤਾਂ ਨਹੀਂ ਹੋ ਗਿਆ ਬੁੜੇ ਨੂੰ ਨਹੀਂ ਨਹੀਂ ਵਹਿਮ ਹੈ ਮੇਰਾ ਧਰਮੇ ਨੂੰ ਫੋਨ ਕਰਦੀ ਹਾਂ ਕਿਉਂ ਟੈਂਸ਼ਨ ਲਈ ਨਾ ਯਾਰ ਕੁਛ ਨਹੀਂ ਹੁੰਦਾ ਲੈ ਆ ਗਿਆ ਵੀਰੋ ਦਾ ਹੈਲੋ ਹੈਲੋ ਹਾਂ ਧਰਮੇ ਹਾਂ ਵੀਰੋ ਸਭ ਕੁਛ ਠੀਕ ਠਾਕ ਹੈ ਨਾ ਇੱਧਰ ਤਾਂ ਸਭ ਠੀਕ ਠਾਕ ਹੈ ਮੈਨੂੰ ਤਾਂ ਫਿਕਰ ਹੋਈ ਜਾਂਦੀ ਆ ਤੂੰ ਟੈਂਸ਼ਨ ਨਾ ਲਈ ਬਸ ਅੱਛਾ ਐਵੇਂ ਦੱਸ ਬੁੜਾ ਤਾਂ ਨਹੀਂ ਬੋਲਿਆ ਕੁਛ ਬੁੜੇ ਨੂੰ ਸ਼ੱਕ ਜਿਹਾ ਹੋ ਗਿਆ ਸੀ ਅੱਛਾ ਬੋਲਿਆ ਤਾਂ ਨਹੀਂ ਕੁਛ ਨਹੀਂ ਨਹੀਂ ਠੀਕ ਹੈ ਸਭ ਕੁਛ ਫਿਰ ਵੀ ਖਿਆਲ ਰੱਖੀ ਜੇ ਕੁਛ ਪੁੱਛੂਗਾ ਸਿੱਧਾ ਮਨਾ ਕਰਦੀ ਮੈਨੂੰ ਨਹੀਂ ਪਤਾ ਕੁਛ ਮੈਂ ਕਹਿ ਤਾ ਆਪੇ ਕਿ ਉਹ ਲੜਕੇ ਗਿਆ ਬਸ ਦੋ ਚਾਰ ਦਿਨਾਂ ਵਿੱਚ ਗੱਲ ਠੰਡੀ ਪੈ ਜਾਣੀ ਹੈ ਸਭ ਠੀਕ ਹੋ ਜੂ ਚੱਲ ਠੀਕ ਆ ਅੱਛਾ ਦੱਸ ਜਿਹੜਾ ਬੰਦਾ ਤੇਰੇ ਨਾਲ ਆਇਆ ਸੀ ਉਹ ਕੌਣ ਸੀ ਇਹ ਯਾਰ ਆ ਮੇਰਾ ਰੂਪਾ ਅੱਛਾ ਅੱਛਾ ਸਾਡੀ ਇੱਕੋ ਗੱਲ ਆ ਇਹ ਤਾਂ ਐਵੇਂ ਡਰੀ ਜਾਂਦਾ ਸੀ ਉਹ ਮੈਂ ਕਿਹਾ ਕੁਛ ਨਹੀਂ ਹੁੰਦਾ ਚੱਲ ਠੀਕ ਹੈ ਚੱਲ ਚੰਗਾ ਦੱਸ ਦੀ ਰੇਂਜ ਕੋਈ ਗੱਲਬਾਤ ਹੋਈ ਓਕੇ ਸਾਲਿਆ ਪੈਗ ਪਾ ਮੇਰੇ ਕਹਿੰਦੇ ਕੀ ਦੇਖਦਾ ਸਾਲਾ ਡਰੀ ਜਾਂਦਾ ਨਾਲੇ ਡਰਾਈ ਜਾਂਦਾ ਮੈਨੂੰ ਵੀ ਆ ਫੜ
ਝੁਲਸ ਲੈ ਚੈਸਤਾ ਕਰ ਲਾ ਹੁਣ ਲੈ ਚੱਲ ਟੈਨਸ਼ਨ ਨਹੀਂ ਕੋਈ ਚੱਕ ਦੇ ਕੰਮ ਖਾਣ ਨੂੰ ਲਿਆ ਕੁਛ ਨਾਲ ਉਹ ਕੁਛ ਨਹੀਂ ਹੈਗਾ ਖਾਣ ਨੂੰ ਸਤਿ ਸ਼੍ਰੀ ਅਕਾਲ ਹਾਂ ਹਾਂ ਕਿਸ਼ਨ ਬੋਲਦਾ ਹਾਂ ਭੈਣ ਉਰੇ ਆਪਣਾ ਕੇਸਰ ਤਾਂ ਨਹੀਂ ਆਇਆ ਭਲਾ ਅੱਛਾ ਪਤਾ ਨਹੀਂ ਕਹਿੰਦੇ ਘਰਾਂ ਲੜ ਕੇ ਗਿਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਕਿਸ਼ਨ ਸਿੰਘ ਪਤਾ ਲੱਗ ਗਿਆ ਕੇਸਰ ਦਾ ਕੋਈ ਕਾਹਨੂੰ ਸਰਪੰਚ ਸਾਹਿਬ ਹਜੇ ਕੋਈ ਪਤਾ ਨਹੀਂ ਲੱਗਿਆ ਸਾਰੇ ਰਿਸ਼ਤੇਦਾਰਾਂ 'ਚ ਪਤਾ ਕਰ ਲਿਆ ਪਰ ਕੋਈ ਉੱਗ ਸੁੱਗ ਨਿਕਲ ਨਹੀਂ ਰਹੀ ਪੁਲਿਸ ਰਿਪੋਰਟ ਕਰਾ ਦੇ ਚੁੱਪ ਕਰਕੇ ਕਿਤੇ ਕੋਈ ਅਣਹੋਣੀ ਨਾ ਹੋ ਗਈ ਹੋਵੇ ਉਹਦੇ ਨਾਲ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਲੜ ਕੇ ਤਾਂ ਉਹ ਕਦੇ ਗਿਆ ਨਹੀਂ ਹੈਗਾ ਇਹੀ ਤਾਂ ਮੈਂ ਕਹਿੰਦਾ ਸਰਪੰਚ ਸਾਹਿਬ ਆ ਬਹੂ ਨੂੰ ਵੀ ਪੁੱਛ ਲਿਆ ਉਹ ਕਹਿੰਦੇ ਮੈਨੂੰ ਕੀ ਪਤਾ ਕਿੱਥੇ ਗਿਆ ਮਨ ਭਾਵੇਂ ਨਾ ਮਨ ਕੋਈ ਅਣਹੋਣੀ ਹੋਈ ਆ ਉਹਦੇ ਨਾਲ ਨਹੀਂ ਇੰਨੇ ਦਿਨ ਤਾਂ ਉਹ ਬਾਹਰ ਰਹਿੰਦਾ ਨਹੀਂ ਲੜ ਕੇ ਚੱਲ ਆਪਾਂ ਕੱਲ੍ਹ ਪੁਲਿਸ ਰਿਪੋਰਟ ਕਰਾਉਂਦੇ ਹਾਂ ਚੱਲ ਠੀਕ ਆ ਸਰਪੰਚ ਸਾਹਿਬ ਚੱਲ ਚੰਗਾ ਸਵੇਰੇ ਚੱਲਦੇ ਆਪਾਂ ਧਰਮੇ ਨੂੰ ਦੱਸਦੀ ਆ ਹੈਲੋ ਧਰਮੇ ਹਾਂ ਵੀਰੋ ਕੀ ਹੋਇਆ ਸਰਪੰਚ ਦੇ ਬਾਪੂ ਰਲ ਕੇ ਪੁਲਿਸ ਰਿਪੋਰਟ ਕਰਾਉਣ ਲੱਗੇ ਆ ਪੁਲਿਸ ਰਿਪੋਰਟ ਹਾਂ ਹੁਣੇ ਸੁਣ ਕੇ ਆਈ ਆ ਇਹ ਤਾਂ ਬਹੁਤ ਮਾੜੀ ਗੱਲ ਆ ਹੁਣ ਗੱਲ ਵਿਗੜ ਸਕਦੀ ਵੀਰੋ ਹੁਣ ਕੀ ਕਰੀਏ ਤੂੰ ਦੇਖ ਆਪਾਂ ਇਹ ਮੇਰਾ ਕੇਸ ਲੜ ਕੇ ਨਹੀਂ ਗਿਆ ਜ਼ਰੂਰ ਉਹਦੇ ਨਾਲ ਕੋਈ ਅਣਹੋਣੀ ਹੋਈ ਆ ਮੈਨੂੰ ਨਹੀਂ ਪਤਾ ਕੁਛ ਤੈਨੂੰ ਸਾਰਾ ਪਤਾ ਦੱਸ ਦੇ ਚੰਗੀ ਤਰ੍ਹਾਂ ਨਹੀਂ ਮੈਂ ਪੁਲਿਸ ਬੁਲਾਉਂਗਾ ਬੁਲਾ ਲਓ ਜਿਹੜੀ ਪੁਲਿਸ ਬੁਲਾਉਣੀ ਹੈ ਮੈਂ ਨਹੀਂ ਡਰਦੀ ਪੁਲਿਸ ਪਾਲਸ ਤੋਂ ਕੁੜੀਆ ਗੱਲ ਵਿਗੜ ਜਾਣੀ ਆ ਉਸ ਦਿਨ ਤੂੰ ਘਰੇ ਸੀ ਕੱਲੀ ਤੂੰ ਕੀ ਕੀਤਾ ਕੇਸਰ ਦੇ ਨਾਲ ਮਾਰ ਦਿੱਤਾ ਉਹਨੂੰ ਮੈਂ ਹੈ ਮਾਰਤਾ ਹਾਂ ਹਾਂ ਮਾਰ ਦਿੱਤਾ ਕਿਸੇ ਕੰਮ ਜੋਗਾ ਨਹੀਂ ਤਾ ਉਹ ਸਾਰਾ ਦਿਨ ਦਾਰੂ ਸ਼ਰਾਬ ਕਾਹਦੇ ਲਈ ਵਿਆਹ ਕੇ ਲਿਆਏ ਸੀ ਔਰਤ ਸਭ ਘਰ ਦੇ ਕੰਮਾਂ ਲਈ ਹੁੰਦੀ ਹੈ ਉਹਦੀ ਹੋਰ ਕੋਈ ਜ਼ਰੂਰਤ ਨਹੀਂ ਹੁੰਦੀ ਹਾਂ ਹਾਂ ਬੋਲੋ ਹੁਣ ਬੋਲਦੇ ਕਿਉਂ ਨਹੀਂ ਇਹਦਾ ਜਵਾਬ ਤੈਨੂੰ ਅਸੀਂ ਨਹੀਂ ਤੈਨੂੰ ਪੁਲਿਸ ਦਊਗੀ ਹਾਂ ਜਾਓ ਬੁਲਾ ਲਓ ਵੱਡੇ ਆਏ ਪੁਲਿਸ ਵਾਲੇ ਆਏ ਓਏ ਰੱਬਾ ਉਹ ਮੇਰਾ ਘਰ ਜਾਣਤਾ ਇਸ ਡੈਣ ਨੇ ਉਹ ਮੇਰਾ ਪੁੱਤ ਮਾਰਤਾ ਸਰਪੰਚ ਸਾਹਿਬ ਉਹ ਮੈਂ ਕੀ ਮਾੜਾ ਕਰ ਦੀਦਾ ਹੌਸਲਾ ਰੱਖ ਕਿਸ਼ਨ ਸਿੰਘ ਚੱਲ ਪੁਲਿਸ ਸਟੇਸ਼ਨ ਚੱਲੀਏ ਚੱਲ ਬਾਪੂ ਜੀ ਹਾਂ ਮੇਰੀ ਗੱਲ ਨਾ ਧਿਆਨ ਨਾਲ ਸੁਣ ਲਓ ਕੇਸਰ ਨੂੰ ਤਾਂ ਮੈਂ ਲਾਤਾ ਟਿਕਾਣੇ ਯਾਦ ਰੱਖਿਓ ਜੇ ਗਏ ਨਾ ਤੁਸੀਂ ਪੁਲਿਸ ਕੋਲ ਮੇਰੀ ਕੰਪਲੇਂਟ ਕਰਨ ਫਿਰ ਨਾ ਤੁਸੀਂ ਆਪਣਾ ਆਪ ਸੋਚ ਕੇ ਰੱਖਿਓ ਫਿਰ ਤੁਸੀਂ ਵੀ ਲੱਗ ਜਾਓਗੇ ਟਿਕਾਣੇ ਦੱਸਦਾ ਮੈਂ ਤੁਹਾਨੂੰ ਇੰਨੀ ਗੱਲ ਆਈ ਗੱਲ ਸਮਝ ਮੇਰੀ ਉਹ ਕਿਸ਼ਨ ਸਿੰਘ ਉਹ ਇਹ ਕੀ ਹੋ ਗਿਆ ਉਹ ਕਿੰਨੇ ਚਾਵਾਂ ਨਾਲ ਵਿਆਹ ਕੇ ਲਿਆਇਆ ਤੀਨੂੰ ਉਹ ਆਪਣੀ ਧੀ ਬਣਾ ਕੇ ਰੱਖਿਆ ਇਹਨੂੰ ਇਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਸਾਰਾ ਟੱਬਰ ਜਾਣਤਾ ਉਹ ਮੇਰੇ ਹੱਸਦੇ ਵੱਸਦੇ ਘਰ ਨੂੰ ਖਾ ਗਈ ਇਹ
ਕਿੰਨੇ ਸੁਪਨੇ ਦੇਖੇ ਤੇ ਬੱਚੇ ਹੋਣਗੇ ਪੋਤੇ ਨਾਲ ਖੇਡੂੰਗਾ ਪਰ ਇਹ ਤਾਂ ਮੇਰੇ ਮੁੰਡੇ ਨੂੰ ਹੀ ਖਾ ਗਈ ਹੁਣ ਮੈਨੂੰ ਵੀ ਧਮਕੀ ਦਿੰਦੀ ਆ ਹੁਣ ਮੈਨੂੰ ਵੀ ਓ ਰੱਬਾ ਮਿਹਰ ਕਰੀ ਹੁਣ ਤੇਰੇ ਬਿਨਾਂ ਕੋਈ ਸਹਾਰਾ ਨਹੀਂ ਗੋਲੀ ਮਾਰੂ ਨਹੀਂ ਮੈਂ ਕੁਛ ਨੀ ਕਰਿਆ ਜੀ ਆਹੀ ਸੀਗਾ ਬੰਦਾ ਮਾਰਤਾ ਤੁਸੀਂ ਚਲੋ ਚੱਲ ਅੱਗੇ ਅੱਗੇ